ਸਰਦੀਆਂ ਦੇ ਵਿੱਚ ਉਹ ਗਰੀਬਾਂ ਨੂੰ ਗਰਮ ਕੱਪੜੇ, ਟੋਪੀਆਂ, ਬੱਚਿਆਂ ਨੂੰ ਚੱਪਲਾਂ ਦਿੰਦਾ ਹੈ ਤੇ ਗਰਮੀਆਂ ਦੇ ਵਿੱਚ ਵੀ ਉਹ ਸੇਵਾ ਕਰਨ ਤੋਂ ਪਿੱਛੇ ਨਹੀਂ ਹਟਦਾ। ਹਿੰਮਤ ਇੰਨੀ ਕਿੱਥੋਂ ਆਉਂਦੀ ਆ? ਕਹਿੰਦੇ ਨਾ, ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਂ। ਜਦੋਂ ਤੁਹਾਡੇ ਵਰਗੇ ਵੀਰ ਭੈਣ ਭਰਾ ਸਾਨੂੰ ਐਪਰੀਸ਼ੀਏਟ ਕਰਦੇ ਨੇ, ਸ਼ਾਬਾਸ਼ੀ ਦਿੰਦੇ ਨੇ, ਫਿਰ ਇੱਕ ਅਲੱਗ ਤੋਂ ਐਨਰਜੀ ਮਿਲਦੀ ਹੈ। ਪਾਣੀ ਕਈ ਲੋਕ ਘਰੋਂ ਵੀ ਲੈ ਕੇ ਆਉਂਦੇ ਨੇ ਪਰ ਬੋਤਲ ਖਾਲੀ ਹੋ ਜਾਂਦੀ ਹੈ, ਇਹ ਅਸੀਂ ਘੜੇ ਇਸ ਲਈ ਇੱਥੇ ਲਾ ਤੇ। ਇਹਨਾਂ 'ਚ ਅਸੀਂ ਜਿਹੜਾ ਮਿਨਰਲ ਵਾਟਰ ਹੈ ਜਿਹੜਾ ਕੰਪਨੀ ਵੱਲੋਂ ਕੈਨ ਬਣੇ ਹੋਏ ਉਹ ਲੈਂਦੇ ਹਾਂ ਅਸੀਂ ਰੋਜ਼ 8-10 ਕੈਨ, ਅਤੇ ਅਸੀਂ ਜਿੰਨੀ ਲੋੜ ਮੁਤਾਬਕ ਹੈ ਇਹਨਾਂ ਨੂੰ ਭਰਦੇ ਰਹਿੰਦੇ ਹਾਂ। ਅੱਗੇ ਜਿਸ ਤਰ੍ਹਾਂ ਤੁਸੀਂ ਆਪਣੀ ਗੱਡੀ ਦੇ ਵਿੱਚ ਜਿਹੜੀ ਤੁਹਾਡੀ PCR ਵੈਨ ਹੁੰਦੀ ਆ ਉਹਦੇ ਵਿੱਚ ਤੁਸੀਂ ਦੱਸਦੇ ਹੁੰਦੇ ਸੀ ਕਿ ਹਮੇਸ਼ਾ ਚੱਪਲਾਂ ਪਈਆਂ ਹੁੰਦੀਆਂ ਸੀ, ਵੀ ਕੋਈ ਵੀ ਤੁਹਾਨੂੰ ਬਿਨਾਂ ਚੱਪਲਾਂ ਦੇਖਦਾ ਉਹ ਪਾਉਂਦੇ ਸੀਗੇ ਫਸਟ ਏਡ, ਹਜੇ ਵੀ ਉਸੇ ਤਰੀਕੇ ਦੇ ਨਾਲ ਹੀ ਚੱਲਦੇ? ਹਾਂਜੀ ਹਾਂਜੀ, ਚੱਪਲਾਂ ਮੇਰੀ ਗੱਡੀ 'ਚ ਅਕਸਰ ਹੀ ਹੁੰਦੀਆਂ ਨੇ, ਕਿਉਂਕਿ ਚੱਪਲ ਵਿਚਾਰਾ ਉਹ ਹੀ ਨਹੀਂ ਪਾਊਗਾ ਜਿਹਦੇ ਕੋਲ ਚੱਪਲ ਪਾਉਣ ਜੋਗੇ ਪੈਸੇ ਨਹੀਂ ਹੋਣੇ। ਅੱਜ ਕੱਲ੍ਹ ਦੁਨੀਆ ਫਾਸਟ ਹੋ ਗਈ ਹੈ, ਸਾਡੇ ਕੋਲ ਕੀ ਹਰ ਕਿਸੇ ਕੋਲ ਟਾਈਮ ਹੀ ਨਹੀਂ ਹੈ, ਟਾਈਮ ਕਿਸੇ ਕੋਲ ਨਹੀਂ ਹੈ। ਈਵਨ ਕਿ ਅਸੀਂ ਕਈ ਵਾਰੀ ਆਪਣੀ ਸਿਹਤ ਨੂੰ ਵੀ ਅਣਗੌਲਿਆਂ ਕਰ ਦਿੰਦੇ ਹਾਂ, ਛੋਟੀ ਮੋਟੀ ਪ੍ਰੋਬਲਮ 'ਚ ਬੰਦਾ ਉਹੀ ਭੱਜਿਆ ਫਿਰਦਾ। ਅਤੇ ਮੈਨੂੰ ਇਹ ਸੀਗਾ ਕਿ ਬਸ ਸੇਵਾ ਕਰਕੇ ਸਕੂਨ ਮਿਲਦਾ, ਜਦ ਤੱਕ ਸਾਹ ਨੇ ਜਿੰਨੀ ਹੈ ਉਹ ਕਰਦਾ ਰਹੂੰਗਾ ਜੀ। ਅਕਸਰ ਤੁਸੀਂ ਸੋਸ਼ਲ ਮੀਡੀਆ 'ਤੇ ਪੁਲਿਸ ਵਾਲਿਆਂ ਦੇ ਨਾਲ ਲੋਕਾਂ ਦੀ ਲੜਾਈ ਦੇਖਦੇ ਹੋਣਗੇ, ਜਾਂ ਪੁਲਿਸ ਵਾਲੇ ਕਿਸੇ ਦੇ ਨਾਲ ਲੜਦੇ ਹੋਣਗੇ, ਜਾਂ ਲੋਕ ਪੁਲਿਸ ਵਾਲਿਆਂ ਦੇ ਨਾਲ ਲੜਦੇ ਹੋਣਗੇ, ਪਰ ਲੁਧਿਆਣਾ ਦੇ ਵਿੱਚ ਇੱਕ ਐਸਾ ਪੁਲਿਸ ਵਾਲਾ ਜੋ ਆਪਣੀ ਸੇਵਾ ਦੇ ਨਾਲ ਲੋਕਾਂ ਦੇ ਦਿਲਾਂ ਦੇ ਵਿੱਚ ਉਹ ਵਸਿਆ ਹੋਇਆ। ਸਰਦੀਆਂ ਦੇ ਵਿੱਚ ਉਹ ਗਰੀਬਾਂ ਨੂੰ ਗਰਮ ਕੱਪੜੇ, ਟੋਪੀਆਂ, ਬੱਚਿਆਂ ਨੂੰ ਚੱਪਲਾਂ ਦਿੰਦਾ ਹੈ ਅਤੇ ਗਰਮੀਆਂ ਦੇ ਵਿੱਚ ਵੀ ਉਹ ਸੇਵਾ ਕਰਨ ਤੋਂ ਪਿੱਛੇ ਨਹੀਂ ਹਟਦਾ। ਹਾਲਾਂਕਿ ਜਿੱਥੇ ਮੌਸਮ ਵਿਭਾਗ ਨੇ ਕਿਹਾ ਹੋਇਆ ਹੈ ਕਿ ਹੀਟ ਵੇਵ ਤੋਂ ਬਚਾਅ ਕਰੋ, ਪਰ ਉੱਥੇ ਹੀ ਇਹ ਪੁਲਿਸ ਵਾਲਾ ਜਿਹੜਾ ਉਹ ਲਗਾਤਾਰ ਆਪਣੀ ਸੇਵਾ ਜਿਹੜੀ ਹੈ ਉਹ ਜਾਰੀ ਰੱਖ ਰਿਹਾ। ਤਾਂ ਇਹ ਪੁਲਿਸ ਪੋਸਟ ਤੁਸੀਂ ਦੇਖ ਸਕਦੇ ਹੋ, ਇੱਥੇ ਘੜੇ ਜਿਹੜੇ ਨੇ ਰੱਖੇ ਹੋਏ ਨੇ ਇਹਨਾਂ ਦੇ ਵੱਲੋਂ ਹੀ ਰੱਖੇ ਗਏ ਨੇ। ਬਹੁਤ ਸੋਸ਼ਲ ਮੀਡੀਆ 'ਤੇ ਵੀ ਇਹਨਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਸੇਵਾ ਵਾਲੀਆਂ। ਤਾਂ ਇਹ ਸੇਵਾ ਆਪਣੀ ਨਿਰੰਤਰ ਜਿਹੜੀ ਹੈ ਜਾਰੀ ਰੱਖਦੇ ਨੇ। ਲੁਧਿਆਣਾ ਦੇ ਟ੍ਰੈਫਿਕ ਦੇ ਵਿੱਚ ਇਹ ਸਬ ਇੰਸਪੈਕਟਰ ਨੇ, ਅਸ਼ੋਕ ਇਹਨਾਂ ਦਾ ਨਾਮ ਹੈ, ਅਤੇ ਬਹੁਤ ਲੰਬੇ ਸਮੇਂ ਤੋਂ ਇਹ ਆਪਣੀਆਂ ਇੱਦਾਂ ਦੀਆਂ ਹੀ ਸੇਵਾਵਾਂ ਕਰਕੇ ਚਰਚਾ ਦੇ ਵਿੱਚ ਰਹਿੰਦੇ ਨੇ, ਚਰਚਾ ਦਾ ਵਿਸ਼ਾ ਜਿਹੜੇ ਆ ਉਹ ਬਣੇ ਰਹਿੰਦੇ ਨੇ। ਗੱਲਬਾਤ ਕਰਦੇ ਹਾਂ ਅਸੀਂ ਅਸ਼ੋਕ ਜੀ, ਅਕਸਰ ਤੁਸੀਂ ਵੀਡੀਓਜ਼ ਜਿਹੜੀਆਂ ਤੁਹਾਡੀਆਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੁੰਦੀਆਂ ਰਹਿੰਦੀਆਂ ਨੇ, ਕੁਛ ਨਾ ਕੁਛ ਤੁਸੀਂ ਸੇਵਾ ਕਰਦੇ ਰਹਿੰਦੇ ਹੋ, ਹੁਣ ਗਰਮੀਆਂ ਚੱਲ ਰਹੀਆਂ, ਘੜੇ ਦੀ ਇੱਥੇ ਪਾਣੀ ਦੀ ਸੇਵਾ ਲਗਾਈ ਹੈ ਲੋਕਾਂ ਦੇ ਵਾਸਤੇ। ਸਭ ਤੋਂ ਪਹਿਲਾਂ ਸਪੋਕਸਮੈਨ ਜਿੰਨੇ ਵੀ ਦੇਖ ਰਹੇ ਨੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰ, ਜਿਵੇਂ ਤੁਸੀਂ ਵੇਖ ਰਹੇ ਹੋ ਹੁਣ ਅੱਤ ਦੀ ਗਰਮੀ ਪੈ ਰਹੀ ਹੈ, ਅਤੇ ਜਿਵੇਂ ਅਸੀਂ ਖੜ੍ਹੇ ਹਾਂ ਸਮਰਾਲਾ ਚੌਂਕ, ਇੱਥੇ ਦੂਰ ਦੁਰਾਡੇ ਤੋਂ ਲੋਕ ਲੁਧਿਆਣੇ ਸ਼ੋਪਿੰਗ ਲਈ ਆਉਂਦੇ ਨੇ, ਇਸ ਪੁਆਇੰਟ ਤੋਂ ਆ ਕੇ ਸ਼ਹਿਰ ਨੂੰ ਐਂਟਰੀ ਲੈਂਦੇ ਨੇ ਜਾਂ ਸ਼ਹਿਰ ਤੋਂ ਆ ਕੇ ਇੱਥੋਂ ਬਾਹਰ ਨੂੰ ਬੱਸਾਂ ਵਗੈਰਾ ਲੈਂਦੇ ਨੇ। ਇਹ ਮੈਂ ਵੇਖਿਆ ਕਿ ਇੱਥੇ ਲੋਕ ਜਦੋਂ ਕਿਸੇ ਨਾਲ ਬੱਚੇ ਹੁੰਦੇ, ਕਿਸੇ ਲੇਡੀਜ਼ ਨਾਲ ਜਾਂ ਹੋਰ, ਪਾਣੀ ਕਈ ਲੋਕ ਘਰੋਂ ਵੀ ਲੈ ਕੇ ਆਉਂਦੇ ਨੇ ਪਰ ਬੋਤਲ ਖਾਲੀ ਹੋ ਜਾਂਦੀ ਹੈ, ਇਹ ਅਸੀਂ ਘੜੇ ਇਸ ਲਈ ਇੱਥੇ ਲਾ ਤੇ। ਇਹਨਾਂ 'ਚ ਅਸੀਂ ਜਿਹੜਾ ਉਹ ਮਿਨਰਲ ਵਾਟਰ ਹੈ ਜਿਹੜਾ ਕੰਪਨੀ ਵੱਲੋਂ ਕੈਨ ਬਣੇ ਹੋਏ ਉਹ ਲੈਂਦੇ ਹਾਂ ਅਸੀਂ ਰੋਜ਼ ਦੇ 8-10 ਕੈਨ, ਅਤੇ ਅਸੀਂ ਜਿੰਨੀ ਲੋੜ ਮੁਤਾਬਕ ਹੈ ਇਹਨਾਂ ਨੂੰ ਭਰਦੇ ਰਹਿੰਦੇ ਹਾਂ, ਜਿਵੇਂ ਜਿਵੇਂ ਖਾਲੀ ਹੁੰਦੇ ਰਹਿੰਦੇ ਨੇ ਅਸੀਂ ਇਹਨਾਂ ਨੂੰ ਪਾਣੀ ਦਾ ਭਰਦੇ ਹਾਂ, ਠੀਕ ਹੈ ਜੀ, ਅਤੇ ਉਹਤੋਂ ਬਾਅਦ ਇਹਨਾਂ ਦੀਆਂ ਬੋਰੀਆਂ ਗਿੱਲੀਆਂ ਕਰ ਦਿੰਦੇ ਹਾਂ ਤਾਂ ਕਿ ਇਹ ਠੰਡਾ ਰਹਿ ਸਕੇ। ਸਰ, ਜਿਸ ਤਰ੍ਹਾਂ ਬਹੁਤ ਕੁਛ ਦੇਖਦੇ ਹੁੰਦੇ ਆ ਸਰਦੀਆਂ ਦੇ ਵਿੱਚ, ਤੁਸੀਂ ਬੱਚਿਆਂ ਨੂੰ ਜਾਂ ਗਰਮ ਕੱਪੜੇ ਦਿੰਦੇ ਹੋ, ਚੱਪਲਾਂ ਦਿੰਦੇ ਹੋ, ਗਰਮੀਆਂ ਦੇ ਵਿੱਚ ਇਹ ਹਿੰਮਤ ਇੰਨੀ ਕਿੱਥੋਂ ਆਉਂਦੀ ਆ? ਉਹ ਕੀ ਕਹਿੰਦੇ ਨਾ, ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਂ। ਜਦੋਂ ਤੁਹਾਡੇ ਵਰਗੇ ਵੀਰ ਭੈਣ ਭਰਾ ਸਾਨੂੰ ਐਪਰੀਸ਼ੀਏਟ ਕਰਦੇ ਨੇ, ਸ਼ਾਬਾਸ਼ੀ ਦਿੰਦੇ ਨੇ, ਫਿਰ ਇੱਕ ਅਲੱਗ ਤੋਂ ਐਨਰਜੀ ਮਿਲਦੀ ਹੈ, ਅਤੇ ਇਹ ਤਾਂ ਬਹੁਤ ਸਮੇਂ ਦੀ ਲੋੜ ਹੈ। ਜਿਵੇਂ ਹੁਣ ਤੁਸੀਂ ਵੇਖ ਰਹੇ ਹੋ ਇੰਨਾ ਟੈਂਪਰੇਚਰ ਹੈ, ਜਿਹੜੀ ਇੱਥੇ ਸਵਾਰੀ ਖੜ੍ਹਦੀ ਉਹ ਕਈ ਵਾਰੀ 20-50 ਦੇ ਗਰੁੱਪ 'ਚ ਵੀ ਹੋ ਜਾਂਦੀ ਹੈ, ਖੜ੍ਹੇ ਵੇਟ ਕਰਦੇ ਰਹਿੰਦੇ। ਉਹ ਪਾਣੀ ਜੇ ਉਹਨਾਂ ਨੂੰ ਮਿਲ ਜੂਗਾ ਤਾਂ ਮੈਂ ਤਾਂ ਕਹੂੰਗਾ ਵਧੀਆ ਗੱਲ ਹੈ। ਸਾਡੇ ਜਿਹੜੇ ਮੇਰੇ ਖੁਦ ਦੇ ਬਜ਼ੁਰਗ
ਜਦੋਂ ਪੁਰਾਣੇ ਸਮਿਆਂ 'ਚ ਲੋਕ ਪੈਦਲ ਚੱਲਦੇ ਸੀ ਤਾਂ ਸਾਡੇ ਪਿੰਡ ਦੇ ਬਾਹਰ ਅਸੀਂ ਐਵੇਂ ਘੜੇ ਰੱਖ ਕੇ ਉੱਪਰ ਉਹ ਝੌਂਪੜੀ ਜਿਹੀ ਬਣਾ ਕੇ ਰੱਖ ਦਿੰਦੇ ਸੀ ਕਿ ਤਾਂ ਕਿ ਕੋਈ ਰਾਹਗੀਰ ਪਾਣੀ ਤੋਂ ਬਿਨਾਂ ਨਾ ਜਾਵੇ। ਮਤਲਬ ਉਹੀ ਸੇਵਾ ਤੁਸੀਂ ਹੁਣ ਕਰ ਰਹੇ ਹੋ, ਪਰਿਵਾਰ ਵੀ ਕਹਿੰਦੇ ਕਿ ਜਲ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਸਰ, ਜੋ ਅਸੀਂ ਪਰਿਵਾਰ ਤੋਂ ਸਿੱਖਿਆ ਉਹੀ ਵਿਚਰ ਰਹੇ ਹਾਂ। ਮੈਂ ਚਾਹੁੰਦਾ ਕਿ ਜੇ ਵੀ ਕੋਈ ਜਿਹੜਾ ਵੀ ਕੋਈ ਪਾਣੀ ਪੀਊਗਾ ਉਹ ਵਿਚਾਰਾ ਦੁਆਵਾਂ ਦਊਗਾ ਸਾਨੂੰ। ਅੱਗੇ ਜਿਸ ਤਰ੍ਹਾਂ ਤੁਸੀਂ ਆਪਣੀ ਗੱਡੀ ਦੇ ਵਿੱਚ ਜਿਹੜੀ ਤੁਹਾਡੀ PCR ਵੈਨ ਹੁੰਦੀ ਆ ਉਹਦੇ ਵਿੱਚ ਤੁਸੀਂ ਦੱਸਦੇ ਹੁੰਦੇ ਸੀ ਕਿ ਹਮੇਸ਼ਾ ਚੱਪਲਾਂ ਪਈਆਂ ਹੁੰਦੀਆਂ ਸੀ, ਵੀ ਕੋਈ ਵੀ ਤੁਹਾਨੂੰ ਬਿਨਾਂ ਚੱਪਲਾਂ ਦੇਖਦਾ ਉਹ ਪਾਉਂਦੇ ਸੀ ਫਸਟ ਏਡ, ਹਜੇ ਵੀ ਉਸੇ ਤਰੀਕੇ ਦੇ ਨਾਲ ਹੀ ਚੱਲਦੇ? ਹਾਂਜੀ ਹਾਂਜੀ, ਚੱਪਲਾਂ ਮੇਰੀ ਗੱਡੀ 'ਚ ਅਕਸਰ ਹੀ ਹੁੰਦੀਆਂ ਨੇ ਕਿਉਂਕਿ ਚੱਪਲ ਵਿਚਾਰਾ ਉਹੀ ਨਹੀਂ ਪਾਊਗਾ ਜਿਹਦੇ ਕੋਲ ਚੱਪਲ ਪਾਉਣ ਜੋਗੇ ਪੈਸੇ ਨਹੀਂ ਹੋਣਗੇ। ਹੁਣ ਗਰਮੀ ਸਰਦੀ ਹਰ ਮੌਸਮ ਜਿਹੜਾ ਬੂਟ ਜੋੜਾ ਜਾਂ ਚੱਪਲ ਪੈਰਾਂ 'ਚ ਹੋਣਾ ਬਹੁਤ ਜ਼ਰੂਰੀ ਹੈ, ਅਤੇ ਚੱਪਲਾਂ ਮੈਂ ਸ਼ੁਰੂ ਤੋਂ ਰੱਖਦਾ ਆਇਆ, ਉਹ ਮੇਰੀ ਗੱਡੀ 'ਚ ਹਮੇਸ਼ਾ ਰਹਿੰਦੀਆਂ ਨੇ, ਜਿੱਥੇ ਮੈਨੂੰ ਕੋਈ ਲੱਗਦਾ ਕਿ ਲੋੜਵੰਦ ਹੈ ਮੈਂ ਉਹਨਾਂ ਨੂੰ ਜ਼ਰੂਰ ਦਿੰਦਾ। ਅਫਸਰਾਂ ਵੱਲੋਂ ਕਿਸ ਤਰ੍ਹਾਂ ਦੀ ਐਪਰੀਸ਼ੀਏਸ਼ਨ ਮਿਲਦੀ ਹੈ ਜਦੋਂ ਇੱਦਾਂ ਦੇ ਕੰਮ ਕਰਦੇ ਹੋ? ਸੀਨੀਅਰ ਅਫਸਰ ਕਿਸ ਤਰ੍ਹਾਂ ਪਿੱਠ 'ਤੇ ਥਾਪੜਾ ਦਿੰਦੇ ਨੇ? ਅਫਸਰਾਂ ਵੱਲੋਂ ਹਮੇਸ਼ਾ ਐਪਰੀਸ਼ੀਏਟ ਮਿਲਿਆ ਜੀ, ਜਿਵੇਂ ਜਦੋਂ ਅਸੀਂ ਕੋਈ ਚੰਗਾ ਕਾਰਜ ਕਰਦੇ ਹਾਂ ਸਾਡੇ ਅਫਸਰ ਸਾਨੂੰ ਐਪਰੀਸ਼ੀਏਟ ਕਰਦੇ ਨੇ, ਸਾਨੂੰ ਥਾਪੜਾ ਦਿੰਦੇ ਨੇ, ਸਾਨੂੰ ਸਰਟੀਫਿਕੇਟ ਦਿੰਦੇ ਨੇ, ਅਤੇ ਜਿਵੇਂ ਪਬਲਿਕ ਪਿਆਰ ਕਰਦੀ ਉਵੇਂ ਸਾਡੇ ਅਫਸਰ ਸਾਹਿਬਾਨ ਸਾਨੂੰ ਪਿਆਰ। ਜਦੋਂ ਇੱਦਾਂ ਦੀ ਕੋਈ ਸੇਵਾ ਕਰਦੇ ਹੋ ਕਈ ਵਾਰੀ ਬਹੁਤ ਕੋਈ ਨਾ ਕੋਈ ਘਟਨਾਕ੍ਰਮ ਵੀ ਹੁੰਦਾ ਜਿਹੜਾ ਮਨ 'ਤੇ ਵੀ ਬਹੁਤ ਠੇਸ ਪਹੁੰਚਾਉਂਦਾ, ਵੀ ਯਾਰ ਦੁਨੀਆ ਕਿੱਥੇ ਕਿੱਥੇ ਵੱਸਦੀ ਆ, ਅਸੀਂ ਤਾਂ ਲੱਖਾਂ ਕਰੋੜਾਂ ਨਾਲੋਂ ਚੰਗੇ ਹਾਂ ਪਰ ਦੁਨੀਆ ਕਿੱਥੇ ਕਿੱਥੇ ਵੱਸਦੀ, ਕੋਈ ਇੱਦਾਂ ਦਾ ਘਟਨਾਕ੍ਰਮ ਤੁਹਾਡੇ ਨਾਲ ਹੋਇਆ ਹੋਵੇ? ਦੇਖੋ ਮੇਰੇ ਨਾਲ ਘਟਨਾਕ੍ਰਮ ਤਾਂ ਹਾਲੇ ਤੱਕ ਕੋਈ ਨਹੀਂ ਹੋਇਆ, ਬਾਕੀ ਇਹ ਹੈ ਹਰ ਬੰਦਾ ਆਪਣੇ ਕਰਮ ਕਰ ਰਿਹਾ, ਅਤੇ ਅੱਜ ਕੱਲ੍ਹ ਦੁਨੀਆ ਫਾਸਟ ਹੋ ਗਈ ਹੈ, ਸਾਡੇ ਕੋਲ ਕੀ ਹਰ ਕਿਸੇ ਕੋਲ ਟਾਈਮ ਹੀ ਨਹੀਂ ਹੈ, ਟਾਈਮ ਕਿਸੇ ਕੋਲ ਨਹੀਂ ਹੈ, ਈਵਨ ਕਿ ਅਸੀਂ ਕਈ ਵਾਰੀ ਆਪਣੀ ਸਿਹਤ ਨੂੰ ਵੀ ਅਣਗੌਲਿਆਂ ਕਰ ਦਿੰਦੇ ਹਾਂ, ਛੋਟੀ ਮੋਟੀ ਪ੍ਰੋਬਲਮ 'ਚ ਬੰਦਾ ਉਵੇਂ ਭੱਜਿਆ ਫਿਰਦਾ, ਅਤੇ ਮੈਨੂੰ ਇਹ ਸੀਗਾ ਕਿ ਬਸ ਸੇਵਾ ਕਰਕੇ ਸਕੂਨ ਮਿਲਦਾ, ਜਦ ਤੱਕ ਸਾਹ ਨੇ ਜਿੰਨੀ ਹੈ ਉਹ ਕਰਦਾ ਰਹੂੰਗਾ ਜੀ। ਸੋਸ਼ਲ ਮੀਡੀਆ 'ਤੇ ਬਹੁਤ ਚਰਚਾ ਦੇ ਵਿੱਚ ਰਹਿੰਦੇ ਹੋ, ਲੋਕ ਆਉਂਦੇ ਨੇ ਕਈ ਵਾਰੀ ਜਦੋਂ ਇੱਥੋਂ ਰਾਹਗੀਰ ਲੰਘਦੇ ਨੇ ਵੀ ਦੇਖੇ ਵੀ ਅਸੀਂ ਸਰ ਤੁਹਾਡੀ ਵੀਡੀਓ ਦੇਖਦੇ ਹੁੰਦੇ ਹਾਂ। ਬੜਾ ਫਖਰ ਮਹਿਸੂਸ ਹੁੰਦਾ ਜਦੋਂ ਕੋਈ ਸਾਨੂੰ ਆਪਣੇ ਬੱਚਿਆਂ ਨਾਲ ਫੋਟੋ ਕਰਾਉਣ ਲਈ ਕਹਿੰਦਾ ਜਾਂ ਖੁਦ ਸਾਡੇ ਨਾਲ ਸੈਲਫੀ ਲੈਂਦਾ, ਬੜਾ ਫਖਰ ਮਹਿਸੂਸ ਹੁੰਦਾ, ਉਹ ਪਿਆਰ ਮਾਣ ਸਤਿਕਾਰ ਹੈ ਉਹਦੇ ਨਾਲ ਇੱਕ ਨਵੀਂ ਐਨਰਜੀ ਮਿਲਦੀ ਜੀ ਸਰ। ਇਹ ਹੁਣ ਦੇਖ ਕੇ ਜਿਵੇਂ ਆ ਕਾਫੀ ਰਾਹਗੀਰ ਇੱਥੇ ਖੜੇ ਖੜੇ ਸਾਡੇ ਬਹੁਤ ਪਾਣੀ ਪੀਣ ਆ ਰਹੇ, ਮਨ ਨੂੰ ਸਕੂਨ ਤਾਂ ਮਿਲਦਾ ਹੋਣਾ? ਬਿਲਕੁਲ ਬਿਲਕੁਲ ਸਰ, ਮੈਂ ਤਾਂ ਦੇਖੋ ਪਾਣੀ ਦੀ ਸੇਵਾ ਪੰਜਾਬੀ ਦਾ ਵੈਸੇ ਵੀ ਵਰਲਡ ਫੇਮਸ ਨੇ ਕਿ ਸੇਵਾ ਲਈ ਕਦੀ ਪਿੱਛੇ ਨਹੀਂ ਹਟਦੇ, ਜਦੋਂ ਵੀ ਕਦੀ ਕਿਸੇ ਵੀ ਕੰਟਰੀ 'ਤੇ ਕਿਸੇ ਵੀ ਭੀੜ ਪਈ ਤਾਂ ਪੰਜਾਬੀ ਅੱਗੇ ਹੋ ਕੇ ਵਧੇ ਨੇ, ਇਹ ਤਾਂ ਸਾਡਾ ਇੱਕ ਛੋਟਾ ਜਿਹਾ ਉਪਰਾਲਾ ਹੈ ਅਤੇ ਇਹ ਛੋਟੇ ਛੋਟੇ ਉਪਰਾਲੇ ਹੀ ਮੈਂ ਕਰਦਾ। ਡਿਊਟੀ ਦੇ ਦੌਰਾਨ ਫਿਰ ਜਦੋਂ ਤੁਸੀਂ ਇਹ ਸਭ ਸੇਵਾਵਾਂ ਕਰਦੇ ਹੋ, ਮੋਸਟਲੀ ਅਸੀਂ ਤੁਹਾਨੂੰ ਟ੍ਰੈਫਿਕ ਦੀ ਡਿਊਟੀ ਕਰਦੇ ਦੇਖਿਆ, ਔਰ ਟ੍ਰੈਫਿਕ ਦੀ ਡਿਊਟੀ ਇਹ ਹੁੰਦੀ ਹੈ ਕਿ ਇੱਕ ਮਿੰਟ ਤੁਸੀਂ ਉੱਥੇ ਨਾ ਧਿਆਨ ਦਿੱਤਾ ਟ੍ਰੈਫਿਕ ਲੱਗ ਜਾਂਦਾ, ਫਿਰ ਤੁਸੀਂ ਇਹ ਸੇਵਾ ਦਾ ਕਿੱਦਾਂ ਫਿਰ ਮੈਨੇਜ ਕਰਦੇ? ਜਿਵੇਂ ਹੁਣ ਡਿਊਟੀ ਆਉਣ ਤੋਂ ਪਹਿਲਾਂ ਮੈਂ ਹਮੇਸ਼ਾ ਡਿਊਟੀ ਤੋਂ 15 ਆਪਣੇ ਡਿਊਟੀ ਟਾਈਮ ਤੋਂ 15 ਮਿੰਟ ਪਹਿਲੇ ਆਉਂਦਾ। ਅੱਛਾ, 15 ਮਿੰਟ ਪਹਿਲੇ ਆ ਕੇ ਜਿਹੜੇ ਘੜੇ ਤਿਆਰ ਕਰਕੇ ਲਾ ਦਿੱਤੇ, ਉਸ ਤੋਂ ਬਾਅਦ ਜਿਵੇਂ ਮੈਂ ਇੰਚਾਰਜ ਹਾਂ ਅਸੀਂ ਇਲਾਕੇ 'ਚ ਰਾਉਂਡ ਮਾਰਦੇ ਹਾਂ, ਜਦੋਂ ਵੀ ਅਸੀਂ ਇੱਧਰ ਵਾਪਸ ਆਉਂਦੇ ਹਾਂ ਜਾਂ ਜਿਹੜਾ ਸਾਡਾ ਇੱਥੇ ਪੁਆਇੰਟ ਵਾਲਾ ਬੰਦਾ ਉਹਨੂੰ ਅਸੀਂ ਚਾਬੀ ਦਿੱਤੀ ਹੈ ਕਿ ਤੁਸੀਂ ਪਾਣੀ ਚੈੱਕ ਕਰਨਾ, ਜਦੋਂ ਘੱਟ ਗਿਆ ਇਹਨਾਂ ਨੂੰ ਦੁਬਾਰਾ ਭਰ ਦੇਣਾ, ਇਹ ਤਾਂ ਡਿਊਟੀ ਦੇ ਨਾਲ ਨਾਲ ਹੀ ਹੈ ਜੀ ਜਿਹੜੀ ਇਹ ਸੇਵਾ। ਹੁਣ ਜਿਵੇਂ ਡਿਊਟੀ ਦੇ ਟਾਈਮ ਮੈਨੂੰ ਕੋਈ ਰਾਹਗੀਰ ਬਿਨਾਂ ਚੱਪਲਾਂ ਤੋਂ ਦਿਸ ਗਿਆ, ਉਹ ਚੀਜ਼ ਇਹ ਸਭ ਡਿਊਟੀ ਨਾਲ ਰਿਲੇਟਡ ਹੀ ਨੇ, ਇਹ ਔਨ ਡਿਊਟੀ ਮੈਨੂੰ ਮਿਲਦੇ ਸਰ ਜੀ। ਤਾਂ ਇਹ ਅਸ਼ੋਕ ਜੀ ਸੀ ਸਾਡੇ ਨਾਲ, ਤਾਂ ਇਹ ਪਾਣੀ ਦੀ ਜਿਹੜੀ ਛਬੀਲ ਇੱਥੇ ਲਗਾਈ ਹੋਈ ਹੈ ਤਾਂ ਇਹ ਪਾਣੀ ਦੇ ਵਾਸਤੇ ਲੋਕਾਂ ਨੂੰ ਇਹ ਅਪੀਲ ਕਰ ਰਹੇ ਨੇ ਕਿ ਪਾਣੀ ਵੀ ਜਿਹੜਾ ਉਹ ਤੁਸੀਂ ਇੱਥੋਂ ਪੀਓ, ਘੜੇ ਰੱਖੇ ਹੋਏ ਨੇ, ਘੜੇ ਦਾ ਪਾਣੀ ਵੈਸੇ ਵੀ ਬਹੁਤ ਚੰਗਾ ਹੁੰਦਾ। ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਅਤੇ ਕਿ ਪੁਲਿਸ ਵਾਲੇ ਕਿਸ ਤਰ੍ਹਾਂ ਲੋਕਾਂ ਦੀ ਸੇਵਾ ਜਿਹੜੀ ਹੈ ਉਹ ਸੇਵਾ ਦੇ ਵਿੱਚ ਲੱਗੇ ਹੋਏ ਨੇ, ਰਾਹਗੀਰਾਂ ਨੂੰ ਠੰਡਾ ਜਿਹੜਾ ਜਲ ਉਹ ਛਕਾ ਰਹੇ ਨੇ। ਤਾਂ ਹੁਣ ਤੋਂ ਹੀ ਨਹੀਂ, ਬਹੁਤ ਲੰਬੇ ਸਮੇਂ ਤੋਂ ਇਹ ਇਸ ਤਰੀਕੇ ਦੀ ਸੇਵਾ
ਜਿਹੜੀ ਹੈ ਉਹ ਕਰਦੇ ਆ ਰਹੇ ਨੇ। ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਲੁਧਿਆਣਾ ਦੇ ਸਮਰਾਲਾ ਚੌਂਕ ਤੋਂ ਦਿਖਾਈਆਂ ਨੇ ਅਤੇ ਸਬ ਇੰਸਪੈਕਟਰ ਅਸ਼ੋਕ ਦੇ ਨਾਲ ਗੱਲਬਾਤ ਜਿਹੜੀ ਹੈ ਕੀਤੀ ਹੈ ਕਿ ਕਿਸ ਤਰ੍ਹਾਂ ਉਹ ਆਪਣੀ ਡਿਊਟੀ ਦੇ ਨਾਲ ਨਾਲ ਉਹ ਸੇਵਾ ਕਰਦੇ ਨੇ। ਤਾਂ ਵਧੇਰੇ ਅਪਡੇਟਸ ਨਾਲ ਜੁੜੋ, ਕੈਮਰਾਮੈਨ ਸੰਦੀਪ ਸਿੰਘ ਨਾਲ, ਸਨਮਜੀਤ ਸਿੰਘ ਰੋਜ਼ਾਨਾ ਸਪੋਕਸਮੈਨ ਲੁਧਿਆਣਾ।